ਸਤਿ ਸ਼੍ਰੀ ਅਕਾਲ, ਕਿਵੇਂ ਹੋ ਤੁਸੀਂ ਸਾਰੇ? ਆਈ ਹੋਪ ਬਿਲਕੁਲ ਠੀਕ ਹੋਵੋਗੇ। ਅਤੇ ਮੈਂ ਹਾਂ ਹੋਸਪਿਟਲ 'ਚ, ਨਾਲ ਹੀ ਨੇ ਮੇਰੇ। ਅਸੀਂ ਤਾਂ ਨਾ ਜਿਵੇਂ ਵਾਰੀ ਬੰਨੀ ਹੋਈ ਹੈ ਸਾਰਿਆਂ ਨੇ, ਬੰਨਤ ਤੋਂ ਸ਼ੁਰੂ ਹੋਏ ਹਾਂ ਅਤੇ ਲੱਗੀ ਹੋਈ ਹੈ। ਅਸੀਂ ਆਏ ਹਾਂ 4 ਵਜੇ, ਸਵੇਰੇ 4 ਵਜੇ ਆਏ ਹਾਂ ਨਾ। ਮੈਂ ਕਿਹਾ ਤੁਹਾਨੂੰ ਸਭ ਕੁਝ ਦੱਸੀਦਾ, ਅਤੇ ਇਹ ਵੀ ਤਾਂ ਦੱਸੀਏ ਕਿ ਮੈਂ ਵੀ ਹਸਪਤਾਲ ਪਹੁੰਚ ਚੁੱਕੀ ਹਾਂ। ਮੇਰੇ ਤਾਂ ਪਾਏ ਹੱਕੜ ਗਈ ਹੈ, ਦੇਖੋ ਕਿੰਨੀ ਦੇਰ ਰੱਖਦੇ ਆ। ਬਾਕੀ ਬਣਾਊਗੀ ਵੀਡੀਓ, ਚਾਹੇ ਥੱਕ ਗਏ ਨਾ, ਡਿਊਟੀ ਵੀ ਜਾਣਾ ਆ। ਅੱਜ ਮੈਨੂੰ ਦਾ ਸਾਇੰਸ ਦਾ ਪੇਪਰ ਆ, ਜੰਨਤ ਦੀ ਛੁੱਟੀ ਹੋਏਗੀ ਵਿਚਾਰੀ ਦੀ। ਪਤਾ ਨਹੀਂ ਕੀ ਮਾੜੀ ਕਿਸਮਤ ਸਾਡੀ ਤਾਂ ਐਤਕੀ ਨਾ, ਕਦੀ ਕੋਈ ਹਜੇ ਪਰਸੋਂ ਚੌਥ ਮੇਹਰ ਨੂੰ ਇੰਨਾ ਬੁਖਾਰ ਹੋ ਗਿਆ ਸੀ, ਉਹਨੂੰ ਰਾਤ ਨੂੰ ਲੈ ਕੇ ਆਏ ਹਾਂ ਇੱਥੇ, 102 ਤੋਂ ਉੱਪਰ ਉਹਨੂੰ ਬੁਖਾਰ ਸੀਗਾ। ਜਿੱਦਣ ਅਸੀਂ ਅੰਮ੍ਰਿਤਸਰ ਜਾਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ, ਅਤੇ ਕੋਈ ਇਹ ਨਾ ਸੋਚੋ ਕਿ ਖਰੇ ਖਾਣ ਪੀਣ ਦੀ ਵਜ੍ਹਾ ਤੋਂ ਆ ਕਿ ਘਰੇ ਤਾਂ ਟੇਕਦੇ ਨਹੀਂ ਵਿਆਹਾਂ 'ਚ। ਹੁਣ ਇਸ ਟਾਈਮ ਨਾ ਮੈਂ ਬੋਲ ਲੈਂਦੀ ਹਾਂ, ਮਤਲਬ ਟੀਕੇ ਟੂਕੇ ਲੱਗੇ ਆ ਨਾ, ਅਤੇ ਮੈਨੂੰ ਦਰਦ ਘੱਟ ਆ, ਵਰਨਾ ਮੇਰੀ ਦਰਦ ਇੰਨਾ ਬੁਰਾ ਹਾਲ ਸੀ, ਮੇਰੀ ਜਾਨ ਨਿਕਲਦੀ ਪਈ ਸੀਗੀ। ਉਹ ਸ਼ਾਇਦ ਇਹਨਾਂ ਨੇ ਵੀਡੀਓ ਬਣਾਈ ਹੈ, ਜੇ ਤਾਂ ਉਹ ਠੀਕ ਲੱਗੀ ਨਾ ਤਾਂ ਮੈਂ ਵਿੱਚ ਐਡ ਕਰੂੰਗੀ, ਉਹ ਨਹੀਂ ਤਾਂ ਨਹੀਂ। ਔਰ ਚਲੋ ਬਾਕੀ ਹੁਣ ਜਦੋਂ ਆਉਂਦੇ ਆ ਡਾਕਟਰ ਸਾਹਿਬ, ਇਹਨੂੰ ਤਾਂ 2 ਘੰਟੇ ਲੱਗ ਹੀ ਜਾਣੇ ਆ। ਜੇ ਥੋੜ੍ਹੀ ਜਿਹੀ ਹੋਈ ਹੈ ਡ੍ਰਿਪੇ ਵਾਲੀ ਨਾ, ਜੇ ਇੱਕ ਲੱਗ ਗਈ ਹੈ ਪਹਿਲਾਂ, ਦੂਜੀ ਇਹ ਲੱਗੀ ਹੈ, ਅਤੇ ਫਿਰ ਫਿਰ ਮਿਲਦੀ ਹਾਂ ਮੈਂ। ਅਜੇ ਵੀ ਨਾ ਮੇਰੀ ਦਰਦ ਬਹੁਤ ਹੁੰਦੀ ਪਈ ਹੈ, ਵਿੱਚ ਰੁਕ ਰੁਕ ਕੇ ਪਹਿਲਾਂ ਨਾਲੋਂ ਫਰਕ ਪੈ ਗਿਆ, ਪਰ ਬਹੁਤ ਜ਼ਿਆਦਾ ਦਰਦ ਹੁੰਦੀ ਹੈ। ਸਾਂਭੇ ਜੋ ਨੀਂਦ ਆਉਂਦੀ ਪਈ, ਕਿਉਂਕਿ 2 ਦਿਨ ਦੇ ਥੱਕੇ ਆ, ਪਹਿਲਾਂ ਅੰਮ੍ਰਿਤਸਰ ਸਫ਼ਰ ਕੀਤਾ, ਫਿਰ ਕੱਲ੍ਹ ਵੀ ਇੰਨਾ ਕੀਤਾ, ਹੁਣ ਸਵੇਰ ਦੇ ਉੱਠ ਕੇ ਇੱਧਰ, ਫਿਰ ਡਿਊਟੀ ਵੀ ਜਾਣਾ ਆ, ਬੰਦਤ ਦਾ ਪੇਪਰ ਆ। ਅੱਜ ਸ਼ਾਇਦ ਬੱਸਾਂ ਵੀ ਬੰਦ ਆ, ਅੱਜ 16 ਤਰੀਕ ਆ, ਔਰ ਦਿਨ ਕੀ ਹੈ ਮੈਨੂੰ ਚੇਤਾ ਹੀ ਨਹੀਂ, ਦਿਨ ਵੀਰਵਾਰ ਸ਼ਾਇਦ। ਤੋ ਉਹਨੂੰ 11 ਵਜੇ ਦਾ ਇਗਜ਼ਾਮ, ਇਹਨੂੰ ਲੈ ਕੇ ਵੀ ਇੰਨਾ ਨਹੀਂ ਜਾਣਾ ਆ, ਔਰ ਛੱਡਣ ਵੀ ਇਹ ਆ ਡੈਡੀ ਆਉਣਗੇ, ਕਿਉਂਕਿ ਬੱਸਾਂ ਬੰਦ ਆ ਨਾ ਹੜਤਾਲ ਕਰਕੇ। ਚਲੋ ਹੁਣ ਮਿਲਦੀ ਹੈ ਥੋੜ੍ਹੀ ਦੇਰ ਬਾਅਦ, ਮੈਂ ਵੀ ਸੋ ਜਾ, ਨਹੀਂ ਤਾਂ ਉੱਦਾਂ ਦਾ ਟਾਈਮ ਪਾਸ ਨਹੀਂ ਹੋਣਾ। ਫ੍ਰੀ ਹਾਂ, ਇਹਨਾਂ ਨੂੰ ਘਰ ਭੇਜਿਆ ਸੀਗਾ ਕਿ ਜਾ ਕੇ ਨਹਾ ਲਿਓ, ਕਿਉਂਕਿ ਮੰਨਤ ਦਾ ਪੇਪਰ ਆ ਨਾ ਅੱਜ ਸਾਇੰਸ ਦਾ। ਇਹਨਾਂ ਨੂੰ ਘਰ ਭੇਜ ਦਿੱਤਾ ਸੀਗਾ,
ਕਿਉਂਕਿ ਹਾਂ ਮੈਨੂੰ ਟ੍ਰਿਪ ਹੋਰ ਲੱਗਣੀ ਸੀ ਨਾ। ਫਿਰ ਅੱਜ ਮੰਨਤ ਦਾ ਪੇਪਰ ਆ, ਸਾਇੰਸ ਦਾ ਬੋਰਡ ਦਾ ਇਗਜ਼ਾਮ ਆ, ਤਾਂ ਕਰਕੇ ਫਿਰ ਇਹਨਾਂ ਨੂੰ ਭੇਜਤਾ ਸੀ ਕਿ ਤੁਸੀਂ ਜਾਓ ਇੱਕ ਨਹਾ ਧੋ ਲਓ, ਕਿਤੇ ਮੈਨੂੰ ਵੀ ਲੇਟ ਨਾ ਹੋ ਜਾਏ ਕਿਉਂਕਿ ਬੱਸਾਂ ਵੀ ਬੰਦ ਆ ਨਾ। ਫਿਰ ਉਹਨੇ ਜਾਣਾ ਵੀ ਇਹਨਾਂ ਦੇ ਨਾਲ ਹੀ, 3 ਲੱਗ ਗਈਆਂ ਨੇ ਨਾ ਬੋਤਲਾਂ, ਇੱਧਰ ਜਲਦੀ ਆਈ ਹਾਂ ਅਤੇ ਮੇਰੀ ਬਾਹਰ ਨਹੀਂ ਹਿਲਦੀ ਪਈ। ਹੁਣ ਹੁਣ ਪੁੱਛਦੀ ਇਹਨਾਂ ਨੂੰ, ਨਹੀਂ ਤੈਨੂੰ ਵੀ ਕੱਢਣ, ਇਹਦੇ ਨਾਲ ਬਹੁਤ ਪ੍ਰੋਬਲਮ ਹੁੰਦੀ ਪਈ। ਲੱਗਿਆ ਵੀ ਇੱਥੇ ਕਰਕੇ ਆ ਨਾ, ਇੱਥੇ ਇਹਨਾਂ ਨੂੰ ਕੋਈ ਨਰਸ ਹੀ ਨਹੀਂ ਮਿਲੀ ਹੈਗੀ, ਫਿਰ ਇੱਥੇ ਲੱਗਾ ਆ। ਕਹਿੰਦੇ ਨਸਾਂ ਹੀ ਬਹੁਤ ਬਰੀਕ ਆ, ਪਹਿਲਾਂ ਵੀ ਮੇਰੀ ਪ੍ਰੋਬਲਮ ਹੁੰਦੀ ਹੁੰਦੀ ਸੀ ਜਦੋਂ ਪਹਿਲਾਂ ਲੱਗਦਾ ਸੀਗਾ, ਬਹੁਤ ਵਾਰੀ ਉਹਨਾਂ ਨੂੰ ਦੇਖਣਾ ਪੈਂਦਾ ਸੀ। ਤੋਬਾ, ਬਹੁਤ ਬੁਰਾ ਹਾਲ ਸੀ ਸਵੇਰੇ ਜਦੋਂ ਮੈਂ ਆਈ ਹਾਂ, ਮੈਨੂੰ ਪਤਾ ਮੇਰੀ ਹਾਲਤ ਜਾਂ ਮੇਰੇ ਰੱਬ ਨੂੰ ਪਤਾ ਆ, ਹੁਣ ਮੈਨੂੰ ਬਹੁਤ ਰਿਲੀਫ ਆ। ਚਲੋ ਪੁੱਛਦੀ ਹਾਂ ਇਹਨਾਂ ਨੂੰ ਹੁਣ, ਸਾਨੂੰ ਤਾਂ ਪਿਆਰ ਹੋ ਗਿਆ ਇਸ ਹੋਸਪਿਟਲ ਨਾਲ, ਜੋ ਥੋੜ੍ਹੇ ਥੋੜ੍ਹੇ ਦਿਨਾਂ ਬਾਅਦ ਸਾਰੇ ਆਉਂਦੇ ਰਹਿੰਦੇ ਆ। ਅੱਜ ਇੰਨਾ ਆ ਕੇ ਅਤੇ ਆ ਗਏ ਆ, ਹੁਣ ਹੁਣ ਘਰ ਜਾਵਾਂਗੀ। ਮੈਡੀਸਿਨ ਜਿਹੜੀ ਖਾਣ ਨੂੰ ਇਹ ਉਤਾਰ ਦੇਣਾ, ਸ਼ੁਕਰ ਆ। ਨਹੀਂ ਤਾਂ ਘਟਿਆ ਨਾ ਪਹਿਲਾਂ ਲੈਣਾ। ਹਾਂ ਘਟਿਆ ਆ, ਕਿੰਨਾ ਘਟਿਆ ਲੈਣਾ। ਉਹਨੇ ਨਿਕਲ ਜਾਣਾ ਆ, ਹੁਣ ਉਹਨਾਂ ਮੈਡੀਸਿਨ ਦੇ ਦਿੱਤੀ ਹੈ, ਇਹ ਖਾਵਾਂਗੀ, ਪੇਨ ਕਿਲਰ ਵੀ, ਹਰ ਦਵਾਈ ਦੇ ਦਿੱਤੀ ਉਹਨਾਂ ਨੇ। ਹੁਣ ਆਉਣ ਲੱਗੇ, ਮੈਂ ਇੱਥੇ ਬਾਹਰ ਧੁੱਪੇ ਆ ਕੇ ਬਹਿ ਗਈ ਹਾਂ। ਹੋਇਆ ਹੋਸਪਿਟਲ, ਬਸ ਹੁਣ ਤੇਲ ਪਵਾਉਣ ਲੱਗੇ ਆ, ਫਿਰ ਚੱਲੇ ਹਾਂ ਘਰੇ। ਮੈਂ ਜਾ ਕੇ ਚਾਹ ਪੀਣੀ, ਮੇਰਾ ਸਿਰ ਦੁਖਦਾ ਪਿਆ ਆ। ਹਾਂਜੀ ਮੈਂ ਆ ਗਈ ਹਾਂ ਘਰੇ, ਆ ਕੇ ਚਾਹ ਪੀ ਲਈ ਹੈ ਅਤੇ ਮੈਨੂੰ ਰੈਡੀ ਹੈ, ਮੈਨੂੰ ਚੱਲੀ ਹੁਣ ਸਕੂਲ। ਹੁਣ ਕੁਛ ਠੀਕ ਲੱਗਦਾ ਪਿਆ ਆ ਮੈਨੂੰ, ਮਤਲਬ ਹੁਣ ਵੀਕਨੈਸ ਤਾਂ ਹੈ ਹੀ ਹੈ, ਹਜੇ ਟਾਈਮ ਤਾਂ ਥੋੜ੍ਹਾ ਲੱਗੇਗਾ, ਬਟ ਉਹ ਮੇਰੀ ਰੈਡੀ ਹੈ। ਮੇਰਾ ਅੱਜ ਪੇਪਰ ਹੈ ਸਾਇੰਸ ਦਾ, ਅਤੇ ਅੱਜ ਮੰਮਾ ਵੀ ਬਿਮਾਰ ਨੇ। ਸਵੇਰੇ ਜਦੋਂ ਮੈਂ ਉੱਠੀ ਪੜ੍ਹਨ ਵਾਸਤੇ, ਆਈ ਥਿੰਕ 5 ਵਜੇ ਹੋਣੇ, ਮੈਂ ਵੇਖੇ ਮੰਮਾ ਸੀ ਨਹੀਂ, ਮੰਮਾ ਉਸ ਟਾਈਮ ਹੋਸਪਿਟਲ ਹੀ ਸੀਗੇ। ਅਤੇ ਹੁਣ ਟਾਈਮ 9:15 ਹੋ ਗਏ ਨੇ, ਅਤੇ 11 ਵਜੇ ਤੋਂ 2:15 ਤੱਕ ਪੇਪਰ ਹੋਏਗਾ ਮੇਰੇ, 11:15 ਤੋਂ। ਬਸ ਆਪਾਂ ਥੋੜ੍ਹੀ ਦੇਰ ਚੱਲਿਆ, ਮੈਂ ਬੈਗ ਟੰਗ ਕੇ ਖੜੀ ਹੋਈ ਹਾਂ। ਉਹ ਤੁਸੀਂ ਕੁਛ ਕਹੋਗੇ? ਬਸ ਕੀ, ਮੇਰੀ ਜੰਨਾ ਤੋਂ ਚਲੀ ਦੀ ਛੁੱਟੀ ਹੋ ਗਈ ਹੈ, ਲੋਕ ਜੰਨੋ ਘਰੇ ਆ। ਹੁਣ ਇਹ ਆ ਬਈ ਲਾਈਕ ਕਮੈਂਟ ਸ਼ੇਅਰ ਕਰਿਓ, ਅਤੇ ਇੱਕ ਅਪਡੇਟ ਵੀਡੀਓ ਆ ਕਿ ਹਾਂ ਮੈਂ ਵੀ ਬਿਮਾਰ ਹੋ ਗਈ, ਮੈਂ ਵੀ ਹੋ ਜਾਂਦੀ ਹਾਂ ਬਿਮਾਰ। ਮਤਲਬ ਕਿ ਪਹਿਲਾਂ ਤਾਂ ਮੈਂ ਬਹੁਤ ਬਿਮਾਰ ਹੁੰਦੀ ਹਾਂ, ਮੰਨਤ ਨੂੰ ਪਤਾ ਹੈ, ਇਹ ਮੇਰੇ ਕੋਲ ਹੋਸਪਿਟਲ 'ਚ ਰਹਿੰਦੀ ਹੁੰਦੀ ਸੀਗੀ, ਮੈਨੂੰ ਚਿੰਤਾ ਨਿੱਕੀ ਜੀ ਸੀਗੀ। ਮੈਨੂੰ ਯਾਦ ਹੈ ਇੱਕ ਵਾਰੀ ਆਪਣੀ, ਮੈਂ 3rd 'ਚ ਹਾਂ ਖਰੇ, ਮੈਂ 4th 'ਚ ਸੀਗੀ ਉਦੋਂ ਅਨੰਦਪੁਰ ਸਾਹਿਬ, ਅਸੀਂ ਨਵੀਂ ਨਵੀਂ ਹੋਈ ਹਾਂ, ਅਜੇ ਅਪ੍ਰੈਲ ਮਈ ਚੱਲਣ ਦਿਆ ਸੀ ਸ਼ਾਇਦ ਉਦੋਂ, ਅਤੇ ਮੰਮਾ ਐਡਮਿਟ ਹੋਏ ਸੀ ਅਨੰਦਪੁਰ, ਤਾਂ ਉਦੋਂ ਮੈਂ ਪਹਿਲਾਂ ਸਕੂਲ ਗਈ, ਸਕੂਲ ਤੋਂ ਆ ਕੇ ਫਿਰ ਸ਼ਾਮੀ ਮੰਮਾ ਕੋਲ ਜਾ ਕੇ ਪੂਰੀ ਰਾਤ ਜਾਗੀ ਸੀ, ਮੈਂ 4th ਕਲਾਸ 'ਚ ਸੀ ਉਦੋਂ। ਮੇਰਾ ਸਿਰ ਵੀ ਕੀਤਾ ਸੀ, ਇੱਕ ਨੂੰ ਸੇਬ ਵੀ ਕੱਟ ਕੇ ਖਵਾਇਆ ਸੀ 4th ਕਲਾਸ ਦਾ। ਹੁਣ ਮੈਂ ਜਵਾਕ ਵੇਖਾਂ ਕਿੰਨਾ ਛੋਟਾ ਜਿਹਾ ਹੁੰਦਾ ਹੈ, ਮੈਨੂੰ ਉੱਥੇ ਗਾਣੇ ਵੀ ਸੁਣਾਉਂਦੀ ਸੀ ਨਾਲ ਦਿਆਂ ਨੂੰ ਮੇਰਾ ਬੱਬੂ।
ਤੇ ਹਾਂ ਇੱਕ ਗਾਣੇ ਸੁਣਾਉਂਦੀ ਸੀ ਉਹਨਾਂ ਨੂੰ, ਉਹਨਾਂ ਨੇ ਆਪਣੇ ਫੋਨ 'ਚ ਰਿਕਾਰਡ ਵੀ ਕੀਤਾ ਸੀ ਜਿਹੜੇ ਮੰਮਾ ਦੇ ਨਾਲ ਵਾਲੇ ਆਂਟੀ ਸੀ ਨਾ, ਤੇ ਉਹ ਤਾਂ ਮੈਂ ਉਹਨਾਂ ਨੂੰ ਗਾਣੇ ਸੁਣਾਏ ਸੀਗੇ ਤੇ ਉਹਨਾਂ ਨੇ ਜਦੋਂ ਮੋਰਨਿੰਗ ਹੈਗੀ ਤੇ ਫਰਾਕ ਪਾਈ ਹੋਈ ਸੀਗੀ, ਤੇ ਫਰੋਕ ਸੀਗੀ ਪਤਾ ਨਹੀਂ ਕੀ ਪੈ ਸੀ, ਜਦੋਂ ਉਹਨਾਂ ਦਾ ਸਵੇਰੇ ਮੁੰਡਾ ਆਇਆ ਨਾ ਤੇ ਆਂਟੀ ਨੇ ਉਹਨਾਂ ਨੇ ਉਹਨਾਂ ਦੇ ਫੋਨ 'ਚ ਨਾ ਰਿਕਾਰਡ ਕਰਵਾਇਆ ਫਿਰ ਮੇਰਾ ਗਾਣਾ, ਖੂਨ ਚੜਦਾ ਹੁੰਦਾ ਸੀ ਉਹ ਆਂਟੀ ਨੂੰ ਖੂਨ ਚੜਦਾ ਸੀ ਤੇ ਮੈਨੂੰ ਉਦੋਂ ਮਤਲਬ ਮੇਰੀਆਂ ਉਲਟੀਆਂ ਨੀ ਸੀ ਬੰਦ ਹੁੰਦੀਆਂ, ਲੇਟੀ ਰਹਿੰਦੀ ਹਾਂ ਤੇ ਮੈਂ ਠੀਕ ਹਾਂ ਤੇ ਜਦੋਂ ਮੈਂ ਉੱਠਦੀ ਹਾਂ ਤੇ ਬਸ ਕੁਛ ਵੀ ਅੰਦਰ ਜਾਣਾ, ਸਰਦਾਰ ਜੀ ਰੈਡੀ ਨੇ ਵਿਚਾਰੇ ਉਸੇ ਟਾਈਮ ਸਵੇਰੇ ਜਦੋਂ ਮੈਂ ਇੱਦਾਂ ਉਠਾਇਆ ਡੈਡੀ ਵਿਖਾ ਇਹਨਾਂ ਨੂੰ ਮੈਂ ਸਵੇਰੇ ਉਠਾਇਆ ਨਾ ਸਵਾਮੀ ਜੀ ਮੈਂ ਠੀਕ ਨਹੀਂ ਆ, ਉਸੇ ਟਾਈਮ ਫਟਾਫਟ ਉੱਠ ਗਿਆ ਤੇ ਇੱਕ ਆ ਨਵੀਂ ਚੀਜ਼ ਤਾਂ ਇਹਨਾਂ ਨੇ ਬਣਾਈ ਹੈ ਨੇੜੇ ਜਾ ਕੇ ਵਿਖਾ, ਕਿਉਂਕਿ ਤੁਹਾਨੂੰ ਗੁਰਦੁਆਰੇ ਰਹਿੰਦੇ ਹਾਂ ਲਿਆ ਨੂੰ ਡਾਇਨਿੰਗ ਟੇਬਲ ਲੈ ਸਕਦੇ ਹਾਂ ਬਟ ਲਿਆ ਨਹੀਂ ਕਿ ਰੱਖਣਾ ਕਿੱਥੇ ਆ ਕਿ ਸਪੇਸ ਹੋਣੀ ਹੈ, ਅਤੇ ਦੇਖੋ ਇਹਨਾਂ ਨੇ ਮਤਲਬ ਪੂਰਾ ਫੋਲਡ ਕਰਕੇ ਦਿਖਾਇਓ ਤੁਸੀਂ, ਦੇਖੋ ਕਿੰਨੀ ਵਧੀਆ ਚੀਜ਼ ਇਹਨਾਂ ਨੇ ਮੈਨੂੰ ਬਣਾ ਕੇ ਦਿੱਤੀ ਹੈ, ਇਹਨੂੰ ਨੀਚੇ ਫੋਲਡ ਕਰ ਦਿੰਦੇ ਹਾਂ ਅਤੇ ਦੋਨੋਂ ਸਾਈਡ ਤੋਂ ਆਹ ਜਿਹੜਾ ਹੈ ਨਾ ਉਹ ਫੋਲਡ ਹੋ ਜਾਂਦੀ ਹੈ ਅਤੇ ਇਹ ਵਾਪਸ ਨੀਚੇ ਨੂੰ ਹੋ ਜਾਏਗਾ, ਅਤੇ ਜਦੋਂ ਆਪਾਂ ਕੱਪੜੇ ਪ੍ਰੈੱਸ ਕਰਨੇ ਜਗ੍ਹਾ ਘੱਟ ਹੈ ਤਾਂ ਕਰਕੇ ਜਦੋਂ ਕੱਪੜੇ ਪ੍ਰੈੱਸ ਕਰਨੇ ਹੁੰਦੇ ਆਪਾਂ ਇਹਨੂੰ ਉੱਪਰ ਕਰ ਲਵਾਂਗੇ, ਅਤੇ ਪੇਂਟ ਆਪਾਂ ਇਹਨੂੰ ਖੁਦ ਆਪਾਂ 'ਚ ਫੇਰਾਂਗੇ, ਤੇ ਆਹ ਵਾਲਾ ਸ਼ੀਸ਼ਾ ਵੀ ਸਪੈਸ਼ਲੀ ਡੈਡੀ ਨੇ ਆਪ ਬਣਵਾਇਆ ਹੈ ਆਪ ਹੀ ਲਾਇਆ ਹੈ, ਅਤੇ ਡਰੋਰ ਵੀ ਆਪ ਹੀ ਡਿਊਟੀ ਤੋਂ ਆ ਕੇ ਬਣਵਾਇਆ ਅਤੇ ਫਿਰ ਆਪ ਹੀ ਲਾਇਆ ਰੋਜ਼ ਆ ਕੇ ਡਿਊਟੀ ਤੋਂ ਰਾਤੀ, ਆਹ ਕੰਮ ਆਹ ਵਾਲਾ ਅਤੇ ਉਹ ਜਿਹੜਾ ਡਾਇਨਿੰਗ ਟੇਬਲ ਲਾਇਆ ਉਹ ਵੀ ਡੈਡੀ ਨੇ, ਹਾਂ ਇਹ ਲਾਈਟ ਸਪੈਸ਼ਲੀ ਲਿਆਂਦੀ ਹੈ ਦੇਖੋ, ਅਤੇ ਹੁਣ ਮੈਂ ਸਕੂਲ ਵਾਸਤੇ ਰੈਡੀ ਹਾਂ ਅਤੇ ਆਪਾਂ ਚੱਲੇ ਹਾਂ।